ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ। ਇੱਕ ਜਿਹੜੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਖਬਰ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਇੱਕ ਪਿੰਡ ਦੇ ਵਿੱਚ ਇਹੋ ਜਿਹਾ ਹਾਦਸਾ ਵਾਪਰਦਾ ਹੈ ਜਿਸ ਦੇ ਵਿੱਚ ਕਰੀਬਨ 13 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ। ਅਤੇ ਇਸ ਮਾਮਲੇ ਜੇ ਗੱਲ ਕੀਤੀ ਜਾਵੇ, ਮਾਮਲਾ ਮੋਗਾ ਪਿੰਡ ਦਾ ਦੱਸਿਆ ਜਾ ਰਿਹਾ। ਮੋਗਾ ਦੇ ਇੱਕ ਪਿੰਡ ਦੇ ਵਿੱਚ ਇੱਕ ਛੋਟੇ ਹਾਥੀ ਅਤੇ ਟਰੱਕ ਦੀ ਬੇਹੱਦ ਹੀ ਭਿਆਨਕ ਟੱਕਰ ਹੁੰਦੀ ਹੈ। ਬਹੁਤ ਹੀ ਭਿਆਨਕ ਹਾਦਸਾ ਵਾਪਰਦਾ ਹੈ ਜਿਸ ਦੇ ਵਿੱਚ 13 ਲੋਕ ਜਿਹੜੇ ਨੇ ਬੁਰੀ ਤਰ੍ਹਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ। ਅਤੇ ਇਹਨਾਂ 13 ਲੋਕਾਂ ਨੂੰ ਪਹਿਲਾਂ ਤਾਂ ਜਦੋਂ ਮੋਗਾ ਦੇ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ, ਪਰ ਉਸ ਤੋਂ ਬਾਅਦ ਹਾਲਤ ਗੰਭੀਰ ਹੋਣ ਕਰਕੇ ਇਹਨਾਂ ਨੂੰ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ। ਕਾਫੀ ਬੁਰੇ ਤਰੀਕੇ ਦੇ ਨਾਲ ਇਹ ਹਾਦਸਾ ਜਿਹੜਾ ਹੈ ਵਾਪਰਦਾ ਹੈ। ਇਸ ਹਾਦਸੇ ਦੇ ਵਿੱਚ ਕਰੀਬਨ 13 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਦਾ ਇਸ ਵੇਲੇ ਇਲਾਜ ਚੱਲਦਾ ਪਿਆ। ਅਤੇ ਫਰੀਦਕੋਟ ਹਸਪਤਾਲ ਦੇ ਵਿੱਚ ਜਦੋਂ ਇਹਨਾਂ ਨੂੰ ਭਰਤੀ ਕਰਾਇਆ ਜਾਂਦਾ ਹੈ, ਅਤੇ ਉਸ ਤੋਂ ਬਾਅਦ ਡਾਕਟਰ ਦੇ ਵੱਲੋਂ ਵੀ ਕਈ ਚੀਜ਼ਾਂ ਦੱਸੀਆਂ ਜਾਂਦੀਆਂ ਨੇ। ਹੁਣ ਉੱਥੇ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਰੀਦਕੋਟ ਹਸਪਤਾਲ ਦੀਆਂ ਨੇ, ਜਿੱਥੇ ਇਹਨਾਂ 13 ਲੋਕਾਂ ਦਾ ਇਲਾਜ ਚੱਲਦਾ ਪਿਆ ਜੋ ਕਿ ਕਾਫੀ ਗੰਭੀਰ ਰੂਪ ਤੋਂ ਜ਼ਖਮੀ ਹੋਏ ਨੇ। ਇੱਕ ਬੇਹੱਦ ਹੀ ਭਿਆਨਕ ਹਾਦਸਾ। ਅਤੇ ਇੱਥੇ ਇੱਕ ਗਨੀਮਤ ਦੀ ਗੱਲ ਇਹ ਰਹੀ, ਕਿਸੇ ਦੀ ਮੌਤ ਦੀ ਖਬਰ ਹਾਲੇ ਫਿਲਹਾਲ ਸਾਹਮਣੇ ਨਹੀਂ ਆਈ ਹੈ, ਪਰ ਇਹ ਦੱਸਿਆ ਜਾ ਰਿਹਾ ਜਿਹੜੇ 13 ਲੋਕ ਨੇ ਕਾਫੀ ਹੀ ਗੰਭੀਰ ਹਾਲਾਤਾਂ ਦੇ ਵਿੱਚ ਜ਼ਖਮੀ ਦਿਖਾਈ ਦੇ ਰਹੇ ਨੇ। ਅਤੇ ਇਹਨਾਂ ਦਾ ਇਲਾਜ ਜਿਹੜਾ ਹੈ ਕੀਤਾ ਜਾ ਰਿਹਾ, ਅਤੇ ਇਸ ਨੂੰ ਲੈ ਕੇ ਲਗਾਤਾਰ ਡਾਕਟਰ ਦੇ ਵੱਲੋਂ ਵੀ ਗੱਲਬਾਤ ਸਾਂਝਾ ਕੀਤੀ ਗਈ। ਇੱਕ ਵਾਰ ਤੁਹਾਨੂੰ ਉਹਦੇ ਨਾਲ ਰੂਬਰੂ ਕਰਾਉਂਦੇ ਹਾਂ। ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਅਰਾਊਂਡ 10 ਵਜੇ ਦੇ ਕਰੀਬ ਛੋਟਾ ਹਾਥੀ ਤੇ ਕੈਂਟਰ ਦੇ ਵਿੱਚ ਐਕਸੀਡੈਂਟ ਹੋਇਆ, ਜੀਰਾ ਰੋਡ ਤੇ ਐਕਸੀਡੈਂਟ ਹੋਇਆ, ਤੇ ਸਾਡੇ ਕੋਲ ਅਰਾਊਂਡ 13 ਮਰੀਜ਼ ਆਏ ਨੇ ਜਿਹਦੇ ਵਿੱਚ ਇੱਕ ਬੱਚਾ ਵੀ ਹੈ, ਤੇ ਇਹਦੇ ਵਿੱਚੋਂ 3 ਮਰੀਜ਼ ਅਸੀਂ ਰੈਫਰ ਕੀਤੇ ਨੇ ਫਰੀਦਕੋਟ, ਜਿਹਨਾਂ ਦੀ ਹਾਲਤ ਕਾਫੀ ਜ਼ਿਆਦਾ ਕ੍ਰਿਟੀਕਲ ਸੀ। ਬਾਕੀ ਸਾਰੇ ਮਰੀਜ਼ਾਂ ਦੀ ਹਾਲਤ ਸਟੇਬਲ ਹੈ, ਉਹਨਾਂ ਦਾ ਇਲਾਜ ਇੱਥੇ ਹੀ ਚੱਲ ਰਿਹਾ, ਤੇ ਸਾਰਿਆਂ ਦਾ ਇਲਾਜ ਇੱਥੇ ਫ੍ਰੀ ਚੱਲ ਰਿਹਾ। ਟ੍ਰੀਟਮੈਂਟ ਸਾਰਿਆਂ ਨੂੰ ਬਹੁਤ ਵਧੀਆ ਟ੍ਰੀਟਮੈਂਟ ਮਿਲ ਰਿਹਾ, ਸਾਰੇ ਸਪੈਸ਼ਲਿਸਟ ਸਾਡੇ ਆ ਚੁੱਕੇ ਨੇ, ਆਰਥੋਪੈਡਿਕ ਸਪੈਸ਼ਲਿਸਟ ਆ ਚੁੱਕੇ ਨੇ, ਸਰਜਨ ਆ ਚੁੱਕੇ ਨੇ, ਮੈਡੀਕਲ ਸਪੈਸ਼ਲਿਸਟ ਵੀ ਆ ਚੁੱਕੇ ਨੇ, ਸਾਰਿਆਂ ਨੇ ਮਰੀਜ਼ਾਂ ਦੀ ਹਾਲਤ ਦੇਖ ਲਈ ਹੈ, ਉਹਨਾਂ ਨੂੰ ਜਾਂਚ ਲਿਆ, ਤੇ ਜੋ ਇਨਵੈਸਟੀਗੇਸ਼ਨ ਨੇ ਉਹ ਵੀ ਉਹਨਾਂ ਦੀ ਕਰਾਲੀ ਭੇਜ ਦਿੱਤਾ ਗਿਆ ਹੈ।